ਪਰਦੇਸੀ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਅਸੀਂ ਖੜੇ ਹਾਂ ਚੱਕਿਉ ਜੀ ਸੈਕੰਡਰੀ ਸਕੂਲ ਦੇ ਵਿੱਚ, ਜਿੱਥੇ ਦੂਜਾ ਸ਼ੋਅ ਹੋਣ ਜਾ ਰਿਹਾ ਅਸੀਂ ਬੋਲਾਂਗੇ ਸੱਚ, ਜਿਸ ਨੂੰ ਆਪਾਂ ਇੱਕ ਵਾਰੀ ਪਹਿਲਾਂ ਵੀ ਦੇਖ ਚੁੱਕੇ ਹਾਂ, ਸਾਡੇ ਪਰਿਵਾਰ ਦੇਖ ਚੁੱਕੇ ਆ। ਪਰਿਵਾਰਾਂ ਦੀ ਜਿਹੜੀ ਮੰਗ ਸੀ ਉਹਨੂੰ ਲੈ ਕੇ ਅੱਜ ਇਹ ਦੂਜਾ ਸ਼ੋਅ ਜਿਹੜਾ ਆ। ਮੈਨੂੰ ਪਹਿਲਾਂ ਜਿਸ ਦਿਨ ਮੈਂ ਗੁਰਚੇਤ ਚਿੱਤਰਕਾਰ ਦੀ ਇੰਟਰਵਿਊ ਕੀਤੀ ਸੀ, ਮੈਂ ਉਸ ਦਿਨ ਹੀ ਆਖਿਆ ਸੀ ਕਿ ਇਹ ਇੱਕ ਜਾਂ ਦੋ 'ਤੇ ਨਹੀਂ, ਇਹ ਘੱਟ ਤੋਂ ਘੱਟ 5 ਸ਼ੋਆਂ 'ਤੇ ਜਾ ਕੇ ਜਿਹੜੀ ਆ ਗੱਲ ਮੁੱਕਣੀ ਆ, ਕਿਉਂਕਿ ਅੱਜ ਦਾ ਸ਼ੋਅ ਵੀ ਜਿਹੜਾ ਆ ਉਹ ਪੂਰਾ ਜਿਹੜਾ ਜੀ ਸੋਲਡ ਆਊਟ ਹੋ ਚੁੱਕਾ ਆ। ਸੋ ਜਿਹੜੇ ਕਾਫੀ ਪਰਿਵਾਰ ਜਿਹੜੇ ਆ ਉਹ ਅੱਜ ਵੀ ਜਿਹੜਾ ਬਾਹਰ ਵੇਟ ਕਰ ਰਹੇ ਆ। ਸੋ ਇਸ ਕਰਕੇ ਪ੍ਰਮੋਟਰਾਂ ਦੇ ਨਾਲ ਜਿਹੜੀ ਗੱਲਬਾਤ ਹੋਈ ਸੀ ਉਹ ਕਹਿੰਦੇ ਵੀ ਹਾਂ ਜਲਦੀ ਹੀ ਜਿਹੜੇ 3 ਸ਼ੋਅ ਹੋਰ ਜਿਹੜੇ ਆ ਉਹ ਬਹੁਤ ਜਲਦੀ ਲਾਈਨ ਅਪ ਕਰ ਦਿੱਤੇ ਜਾਣਗੇ। ਸੋ ਕਿਚਨਰ ਗੋਲਫ ਵਾਲੀ ਸਾਈਡ ਦੇ ਅਸੀਂ ਰਿਕੁਐਸਟ ਕੀਤੀ ਸੀ ਕਿ ਜਿਹੜੇ ਸਾਡੇ ਪਰਿਵਾਰ ਉੱਧਰ ਰਹਿੰਦੇ ਆ ਉਹਨਾਂ ਦੇ ਲਈ ਵੀ ਜਿਹੜਾ ਇਹ ਸ਼ੋਅ ਜਿਹੜਾ ਉਹਨਾਂ ਏਰੀਆ ਦੇ ਵਿੱਚ ਵੀ ਜਿਹੜਾ ਔਰਗੇਨਾਈਜ਼ ਕੀਤਾ ਜਾਵੇ। ਸੋ ਉਹਨਾਂ ਦੇ ਲਈ ਵੀ ਸ਼ੋਅ ਜਲਦੀ ਹੀ ਉਸ ਏਰੀਆ ਦੇ ਵਿੱਚ ਆਵੇਗਾ। ਜਿਵੇਂ ਕਿ ਤੁਸੀਂ ਦੇਖੋਗੇ ਸਤਨਾਮ ਸਿੰਘ ਜੀ ਸਾਡੇ ਅੱਜ ਕੈਮਰਾ 'ਤੇ ਸਾਥ ਦੇ ਰਹੇ ਨੇ, ਪਿੱਛੇ ਉਹ ਦਿਖਾਲਣਗੇ ਤੁਹਾਨੂੰ ਕਿਵੇਂ ਸਾਡੇ ਪਰਿਵਾਰ ਜਿਹੜੇ ਆ ਉਹ ਪੂਰੇ ਉਤਸ਼ਾਹ ਦੇ ਨਾਲ ਜਿਹੜਾ ਅਸੀਂ ਬੋਲਾਂਗੇ ਸੱਚ ਆਪਣੇ ਬੱਚਿਆਂ ਨੂੰ ਦਿਖਾਉਣ ਦੇ ਲਈ ਅੱਜ ਚੰਕਿਊ ਜੀ ਸਕੂਲ ਦੇ ਵਿੱਚ ਪਹੁੰਚ ਗਏ ਆ। ਪੂਰੇ 7 ਵਜਣ ਦੇ ਵਿੱਚ ਕੁਛ ਹੀ ਮਿੰਟ ਰਹਿੰਦੇ ਨੇ, ਅਤੇ ਕਿਉਂਕਿ ਅੱਜ ਪ੍ਰਮੋਟਰਾਂ ਨੇ ਕਿਹਾ ਕਿ ਪੂਰੇ 7 ਵਜੇ ਜਿਹੜਾ ਪ੍ਰੋਗਰਾਮ ਹੈ ਜੀ ਉਹ ਸ਼ੁਰੂ ਕਰ ਦਿੱਤਾ ਜਾਵੇਗਾ, ਕਿਉਂਕਿ ਇਹ ਕੋਈ ਹਿੰਦੀ ਮੂਵੀ ਨਹੀਂ ਹੈ ਜੀ, ਤੋਂ ਪਹਿਲਾਂ ਟ੍ਰੇਲਰ ਚਲਾਏ ਜਾਣਗੇ। ਅਸੀਂ ਬੋਲਾਂਗੇ ਸੱਚ ਦੀ, ਜਿੱਥੇ ਅੱਜ ਇਹ ਡਰਾਮਾ ਖੇਡਿਆ ਜਾਣਾ, ਨਾਟਕ ਖੇਡਿਆ ਜਾਣਾ, ਉੱਥੇ ਅਸੀਂ ਅੱਜ ਖੜ੍ਹੇ ਹਾਂ। ਮੇਰੇ ਇੱਧਰਲੇ ਪਾਸੇ ਰਿੰਪੀ ਲਿਬਰਲ ਤੋਂ MPP ਹੁਣੇ ਮੈਨੂੰ ਜੁਆਇਨ ਕਰ ਲੈਣਾ ਇੱਦਾਂ ਹੀ ਨਾਲ ਹੀ ਆ ਕੇ, ਉਹਨਾਂ ਨੇ ਇੱਦਾਂ ਹੱਥ ਲਾਇਆ ਸੀ ਕਿ ਵਾਕਿਆ ਅਸੀਂ ਸਾਰੇ ਰੈਪ ਅਪ ਕਰਦੇ ਆ ਗਏ। ਰਿੰਪੀ ਪਰਦੇਸੀ TV ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਅੱਜ ਆਪਾਂ ਰੂਬਰੂ ਕਰਦੇ ਹਾਂ ਸਾਡੇ ਲਿਬਰਲ ਦੇ MPP ਬ੍ਰੈਂਪਟਨ ਤੋਂ ਰਿੰਪੀ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਬਹੁਤ ਹੀ ਵਧੀਆ ਪ੍ਰੋਗਰਾਮ ਹੋਣ ਜਾ ਰਿਹਾ ਆ, ਐਂਡ ਆਮ ਵੈਰੀ ਐਕਸਾਈਟਡ ਟੂ ਸੀ ਵਟ ਹੈਪਨਸ। ਆਈ ਨੋ ਦੈਟ ਬਹੁਤ ਸਾਰੀ ਮਿਹਨਤ ਕੀਤੀ, ਜਿੰਨੇ ਵੀ ਕਲਾਕਾਰ ਜਿਹੜੇ ਹਿੱਸਾ ਲੈ ਰਹੇ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਤਿਆਰ ਕੀਤਾ ਆ। ਪਬਲਿਕ ਵੀ ਬਹੁਤ ਪਹੁੰਚੀ ਵੀ ਆਈ ਥਿੰਕ ਐਵਰੀਬਡੀ ਇਜ਼ ਐਕਸਾਈਟਡ ਟੂ ਸੀ ਦ ਸ਼ੋਅ ਟੁਡੇ। ਰਿੰਪੀ ਅੱਜ ਜਿੱਦਾਂ ਆਪਾਂ ਇੱਥੇ ਆਏ ਹਾਂ, ਸੋ ਆਪਾਂ ਚਲੋ ਮੈਂ ਛੋਟੇ ਨਾਂ ਨਾਲ ਸੌਰੀ ਕਹਿ ਰਿਹਾ, ਹਰਿੰਦਰ ਮੱਲੀ ਰਾਈਟ। ਸੋ MPP, ਸੋ ਆਪਾਂ ਅੱਜ ਸ਼ੋਅ ਨੂੰ ਮੁੱਖ ਰੱਖ ਕੇ ਆਏ ਆ ਜਾਂ ਥੋੜਾ ਜਿਹਾ ਵਿੱਚ ਪੋਲੀਟੀਕਲ ਵੀ? ਕੋਸ਼ਿਸ਼ ਤਾਂ ਇਹ ਹੋਊਗੀ, ਫਿਰ ਤੁਹਾਨੂੰ ਪਤਾ ਵੀਕੈਂਡਸ 'ਤੇ ਸਾਡਾ ਸਕੈਡਿਊਲ ਥੋੜਾ ਜਿਹਾ ਟਾਈਟ ਚੱਲਦਾ ਹੁੰਦਾ ਆ, ਸੋ ਜਿੰਨਾ ਸ਼ੋਅ ਦੇਖੋ ਹੋਇਆ ਜ਼ਰੂਰ ਦੇਖਾਂਗੇ। ਠੀਕ ਐਕਚੁਲੀ ਫੈਮਿਲੀ ਵੀ ਸਾਰੀ ਆਈ ਵੀ ਆ, ਸੋ ਉਹਨਾਂ ਦੇ ਨਾਲ ਨਾਲ ਹੀ। ਬਿਲਕੁਲ ਜੀ। ਸੋ ਤੁਸੀਂ ਜਾਣਦੇ ਹੋ ਬ੍ਰੈਂਪਟਨ ਦੇ ਵਿੱਚ, ਕਿਉਂਕਿ ਅਸੀਂ ਬਹੁਤ ਜਲਦ ਹੀ ਜਿਹੜਾ ਤੁਹਾਨੂੰ ਦੱਸਿਆ ਸੀ ਕੈਨੇਡਾ ਡੇ ਦੇ ਉੱਤੇ ਕੋਈ ਅਸੀਂ ਨੈਕਸਟ ਵੀਕ ਪ੍ਰੋਗਰਾਮ ਕਰ ਰਹੇ ਹਾਂ, ਸੋ ਉਹਨਾਂ ਦੇ ਵਿੱਚ ਹਰਿੰਦਰ ਉਹਨਾਂ ਦੇ ਫਾਦਰ ਨੂੰ ਵੀ ਅਸੀਂ ਜਿਹੜਾ ਆ ਜਿਹੜਾ ਆਪਣੇ ਪ੍ਰੋਗਰਾਮ ਦੇ ਵਿੱਚ ਹਿੱਸਾ ਬਣਾਇਆ ਹੋਇਆ ਆ, ਕਿਉਂਕਿ ਉਹ ਸਾਡੇ ਲਈ ਇੱਕ ਕਹਿ ਲਓ ਸਾਡੀ ਕਮਿਊਨਿਟੀ ਦੇ ਲਈ ਇੱਕ ਕੈਨੇਡਾ ਦੀ ਸਰਕਾਰ ਦੇ ਵਿੱਚ ਮੀਲ ਪੱਥਰ ਦੀ ਤਰ੍ਹਾਂ ਰਹੇ ਹਾਂ ਜੀ। ਸੋ ਅਸੀਂ ਉਹਨਾਂ ਦਾ ਜਿਹੜਾ ਯੋਗਦਾਨ ਆ ਜੋ ਉਹਨਾਂ ਨੇ ਕਮਿਊਨਿਟੀ ਨੂੰ ਜਦੋਂ ਸਾਨੂੰ ਕੋਈ ਜਾਣਦਾ ਵੀ ਨਹੀਂ ਸੀ ਉਹਨਾਂ ਟਾਈਮਾਂ ਦੇ ਵਿੱਚ, ਅੱਜ ਦੇ ਚਲੋ ਅਸੀਂ ਸਾਰੇ ਕਹਿ ਦਿੰਦੇ ਹਾਂ ਵੀ ਅਸੀਂ ਸਾਰੇ ਇਕੱਠੇ ਹੋ ਗਏ ਹਾਂ, ਕਮਿਊਨਿਟੀ ਬਹੁਤ ਵੱਧ ਗਈ ਆ ਉਹਨਾਂ ਦਿਨਾਂ ਦੇ ਕਰਕੇ ਵੀ ਅਸੀਂ ਜਿਹੜਾ ਇੱਕ ਪ੍ਰੋਗਰਾਮ ਬਣਾਇਆ ਸੀ। ਹਾਂਜੀ। ਸੋ ਉਹਦੇ ਵਿੱਚ ਅਸੀਂ ਜਿਹੜਾ ਆ ਉਹਨਾਂ ਦਾ ਪਾਰਟੀਸਪੇਟ ਕਰਨਾ ਆ। ਸੋ ਸਾਡੇ ਵੱਲੋਂ ਤੁਹਾਨੂੰ ਸਾਡੀ ਫੈਮਿਲੀ ਨੂੰ ਜੀ ਕੈਨੇਡਾ ਦੀਆਂ ਵੀ ਮੁਬਾਰਕਾਂ। ਥੈਂਕ ਯੂ ਜੀ। ਅਤੇ ਸਾਰੇ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਕੈਨੇਡਾ ਦੇ 150th ਬਰਥਡੇ 'ਤੇ ਬਹੁਤ ਬਹੁਤ ਵਧਾਈ ਹੋਵੇ। ਆਈ ਨੋ ਬਹੁਤ ਸਾਰੇ ਪ੍ਰੋਗਰਾਮ ਹੋਏ ਆ, ਸਾਡੀ ਕਮਿਊਨਿਟੀ ਨੇ ਵੱਧ ਚੜ੍ਹ ਕੇ ਸੈਲੀਬ੍ਰੇਸ਼ਨਸ ਦੇ ਵਿੱਚ ਹਿੱਸਾ ਲਿਆ ਆ, ਅਤੇ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਆ ਵੀ ਜਿਹੜੇ ਦੇਸ਼ ਵਿੱਚ ਅਸੀਂ ਰਹਿੰਦੇ ਹਾਂ ਅੱਜ ਅਸੀਂ ਉਸ ਨੂੰ ਉਸਦੇ ਬਰਥਡੇ ਨੂੰ ਮਨਾ ਰਹੇ ਹਾਂ, ਰਲ ਮਿਲ ਕੇ ਆਪਣੀ ਡਾਈਵਰਸਿਟੀ ਨੂੰ ਸੈਲੀਬ੍ਰੇਟ ਕਰ ਰਹੇ ਹਾਂ। ਸੋ ਚਲੀਏ ਹੁਣ ਟਾਈਮ ਨੂੰ ਅਸੀਂ ਜ਼ਿਆਦਾ ਨਹੀਂ ਕਰੀਏ, ਕਿਉਂਕਿ ਅਸੀਂ ਬੋਲਾਂਗੇ ਸੱਚ ਦਾ ਆਗਾਜ਼ ਜਿਹੜਾ ਜੀ ਹੋ ਗਿਆ ਆ। ਸੋ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ, ਅਤੇ ਹੋਰ ਵੀ ਇੱਥੇ ਵਾਲੀ ਪੀੜ੍ਹੀ ਆ ਖਾਸ ਕਰਕੇ ਉਹਨਾਂ ਨੂੰ ਜੁੜ ਕੇ ਰੱਖੀਏ ਸਾਡਾ ਵਿਰਸਾ ਸਾਡਾ ਸੱਭਿਆਚਾਰ ਦੇ ਨਾਲ। ਥੈਂਕ ਯੂ ਵੈਰੀ ਮੱਚ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਟੀਮ ਦਾ, ਰਾਣਾ ਭਾਅ ਜੀ, ਸ਼ਾਨ ਭਾਅ ਜੀ ਅਤੇ ਬਾਕੀ ਟੀਮ ਮੈਂਬਰਸ ਦਾ ਧੰਨਵਾਦ ਕਰਦਾ ਕਿ ਬਹੁਤ ਵਧੀਆ ਇਹਨਾਂ ਨੇ ਪਲੇ ਔਰਗਨਾਈਜ਼ ਕੀਤਾ ਸੀ ਪਿਛਲੀ ਵਾਰੀ। ਵੀ ਡੂਇੰਗ ਇਟ ਅਗੇਨ ਐਜ਼ ਵੈਲ। ਆਈ ਥਿੰਕ ਆਪਣੇ ਬੱਚਿਆਂ ਵਾਸਤੇ ਸਪੈਸ਼ਲੀ ਇੱਦਾਂ ਦੇ ਜਿਹੜੇ ਇਨੀਸ਼ੀਏਟਿਵਸ ਨੇ ਬਹੁਤ ਇੰਪੋਰਟੈਂਟ ਨੇ ਕਿ ਆਪਣੇ ਬੱਚੇ ਆਪਣੇ ਸੱਭਿਆਚਾਰ, ਆਪਣੀ ਹਿਸਟਰੀ, ਆਪਣੀ ਲੈਂਗੁਏਜ, ਆਪਣਾ ਕਲਚਰ ਉਹ ਸਿੱਖਦੇ ਨੇ। ਸੋ ਆਈ ਇਨਕਰੇਜ ਆਲ ਦ ਕਿਡਸ ਟੂ ਰੀਲੀ ਪੇ ਅਟੈਂਸ਼ਨ ਟੂ ਰਹੀ, ਐਂਡ ਆਈ ਇਨਕਰੇਜ ਯੂ ਟੂ ਕਮ ਆਊਟ ਟੂ ਮੋਰ ਇਵੈਂਟਸ ਲਾਈਕ ਦਿਸ, ਬਿਕਾਜ਼ ਇਟਸ ਰੀਲੀ ਇੰਪੋਰਟੈਂਟ ਦੈਟ ਵੀ ਡੋਂਟ ਫੋਰਗੇਟ ਆਰ ਪਾਸਟ। ਦੇਖੋ, ਕੈਨੇਡਾ ਡੇ ਆਪਾਂ ਮਨਾਇਆ ਸੀ ਕੱਲ੍ਹ, ਪਰ ਕਈ ਮੇਲੇ ਸਨ
We celebrated our culture, but at the same time, asi us country nu yaad kita hai jede jinne sanu ek bahut badi opportunity ditti hai freedom waste te democracy waste. So I hope everybody enjoys the play, and I wish everybody best of luck. Sasrikaal to Vaigur ji ka khalsa, Vaigur ji. Je maapiyan da sir te rahe hath meherbano pesh karde haan, asi bolange sach. ਦੋਨੇ ਨੋਹਾ ਸਾਰਾ ਦਿਨ ਚੱਲੀ ਵੀ ਦਿਨ ਮੂਰੇ ਮਜਾ ਲੈ ਰੋਟਾ ਪੋਤਾ ਨਹੀਂ ਹੈ ਕੀ ਜੈ ਖਾਣਾ ਰਿਹਾਰ ਕਰੀ ਜਾਂਦਾ ਅੱਛਾ ਕਹਿੰਦਾ ਮੈਂ ਨਹੀਂ ਕੱਦੂ ਦੀ ਦਾਲ ਖਾਣੀ ਅੱਛਾ ਮੈਂ ਕਿਹਾ ਤੇਰੀ ਬੜੀ ਬੇਬੇ ਨੇ ਕੋ ਸੋਹਣਾ ਜਿਹਾ ਬਣਾਇਆ ਹੁਣ ਲੈ ਕੇ ਆਂਦੀ ਪਾਣੀ ਭਰੋ ਪੋਤੀ ਚ ਲੀ ਜਾ ਲੋ ਤੂੰ ਤਾਂ ਭਾਈ ਤੂੰ ਕਹੇਗੀ ਬਣਾਇਆ ਤਾਂ ਮੈਂ ਵੀ ਅੱਜ ਕੱਦੂ ਹੀ ਆ ਤੇਰਾ ਚਾਹ ਕੋਕੋ ਹੋ ਜਾ ਕੋਕੋ ਦੇ ਬੱਚੇ ਆਹ ਉਹਦੇ ਪਿਓ ਦਾ ਭੁੱਲ ਗਈ ਉਹਨੇ ਕੀ ਗੁਣ ਖਲਾਏ ਸੀ ਪਰਮੇਸ਼ਵਰੀ ਮਾਂ ਫਿਕਰ ਕਾਹਤੋਂ ਕਰਦੀ ਹੈ ਮਾਈ ਐਸਾ ਮੰਤਰ ਮਾਰਾਂਗੇ ਐਸਾ ਮੰਤਰ ਮਾਰਾਂਗੇ ਇੰਨਾ ਮਿੱਠਾ ਬੋਲੂ ਇੰਨਾ ਮਿੱਠਾ ਬੋਲੂ ਤੈਨੂੰ ਸ਼ੂਗਰ ਕਰ ਦੂੰ ਤੂੰ ਮੈਂ ਮੱਚ ਗਈ ਟੋਲੇ 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 ਇਹ ਨਾਨਕੀਆਂ ਦੀ ਰੜੇ ਬਬੀਰੀ ਉਹ ਮਾਣਾ ਬਣਦਾ ਉਹਨਾਂ ਕੋਲੇ ਜਾਵੇਂਗੀ ਰਹਿ ਮਸ਼ਲਾ ਕਰੇਗੀ ਇੱਕ ਮਹੀਨਾ ਹੋਰ ਸੋਚਣ ਤੇ ਲਾਉਣਗੇ ਸਾਡੇ ਗੱਲ ਸੁਣ ਬਹੁਤ ਬਹੁਤ ਮਿਹਰਬਾਨੀ ਜੀ ਬਿਨੀ ਸੇਖੋ ਜੀ ਗੁੱਗੂ ਜੀ ਔਰ ਸ਼ਾਨ ਜੀ ਔਰ ਸਾਡੇ ਜਸਵੀਰ ਔਰਖ ਜੀ ਜਿਹੜੇ ਸਨ ਉਹ ਅੱਜ ਕਿਤੇ ਮਸਰੂਫ ਨੇ ਜੀ ਪਾਰਟੀ 'ਤੇ ਗਏ ਨੇ ਸੋ ਸਾਡੀ ਇਹ ਪੰਜਾਂ ਜਣਾਂ ਦੀ ਟੀਮ ਹੈ ਜੀ ਔਰ ਸਾਰੇ ਅਸੀਂ ਕੈਨੇਡਾ ਦੇ ਵਿੱਚ ਨਾਟਕ ਕਰ ਰਹੇ ਨੇ ਸ਼ੁਰੂਆਤ ਇੱਥੋਂ ਹੋਈ ਆ ਔਰ ਜਿਹੜੇ ਤੁਹਾਡੇ ਰਿਸ਼ਤੇਦਾਰ ਯਾਰ ਦੋਸਤ ਕਿਤੇ ਵਿਨੀਪੈਗ ਮੌਂਟਰੀਅਲ ਆਟਵਾ ਦੇ ਵਿੱਚ ਵੈਨਕੂਵਰ ਦੇ ਵਿੱਚ ਐਪਸਪੋਰਟ ਦੇ ਵਿੱਚ ਜਾਂ ਫਿਰ ਹਾਂਜੀ ਬਹੁਤ ਵਧੀਆ ਨਾਟਕ ਸੀ ਬਹੁਤ ਵਧੀਆ ਨਾਟਕ ਸੀ ਅਸੀਂ ਬਹੁਤ ਇੰਜੋਏ ਕੀਤਾ ਫੈਮਿਲੀ ਦੇ ਨਾਲ ਬਹੁਤ ਵਧੀਆ ਕੰਮ ਕੀਤਾ ਆਰਟਿਸਟਾਂ ਨੇ ਬਹੁਤ ਥੋੜ੍ਹੀ ਇਨਫੋਰਮੇਸ਼ਨ ਦਿੱਤੀ ਆ ਅਬਾਊਟ ਰਿਲੇਸ਼ਨਸ਼ਿਪ ਸਾਰੇ ਰਿਸ਼ਤਿਆਂ ਨੂੰ ਚੰਗੀ ਤਰ੍ਹਾਂ ਦੱਸਿਆ ਕਿੱਦਾਂ ਉਹਨਾਂ ਦੀ ਡਿਸਕ੍ਰਾਈਬ ਕੀਤਾ ਰੀਅਲੀ ਨਾਈਸ ਵੀ ਇੰਜੋਏ ਦਾ ਬਹੁਤ ਸੋਹਣਾ ਸੁਣਦਾ ਜੀ ਬਹੁਤ ਵਧੀਆ ਲੋਕਾਂ ਨੂੰ ਪਰਮਾਤਮਾ ਕਰੇ ਕਿ ਲੋਕਾਂ ਦਾ ਸਾਥ ਰਹੇ ਇਹੋ ਜਿਹੇ ਸ਼ੋਅ ਹੁੰਦੇ ਰਹਿਣ ਅਤੇ ਸਾਡੇ ਬੱਚਿਆਂ ਵਿੱਚ ਆਉਣ ਵਾਲੇ ਜਨਰੇਸ਼ਨ ਵਿੱਚ ਇਸ ਚੀਜ਼ ਦਾ ਭਰਮਾ ਹੁੰਗਾਰਾ ਮਿਲਦਾ ਰਹੇ ਥੈਂਕ ਯੂ ਸੋ ਮਚ ਬਹੁਤ ਵਧੀਆ ਜੀ ਐਂਡ ਪੂਰਾ ਇਮੋਸ਼ਨਲ ਹਾਸੇ ਠੱਠੇ ਦਾ ਭਰਪੂਰ ਵੈਰੀ ਨਾਈਸ ਥੈਂਕ ਯੂ ਮੈਨੂੰ ਹਸਾਇਆ ਵੀ ਬਹੁਤ ਅਤੇ ਆਖਰ ਦੇ ਵਿੱਚ ਰਵਾਇਆ ਵੀ ਥੈਂਕ ਯੂ ਬਹੁਤ ਸੋਹਣਾ ਸ਼ੋਅ ਸੀ ਜੀ ਟਰੂ ਸਟੋਰੀ ਨਾਟਕ ਬਹੁਤ ਸੋਹਣਾ ਹੈ ਜੀ ਬੜੀ ਲੈਸਨ ਵਾਲਿਆ ਦੇ ਜੀ ਬਹੁਤ ਵਧੀਆ ਨਾਟਕ ਆ ਸ਼ਲਾਘਾਯੋਗ ਸਟੈਪ ਆ ਅਤੇ ਜਿਵੇਂ ਆਪਣੇ ਪੰਜਾਬ ਵਿੱਚ ਅੰਮ੍ਰਿਤਸਰ ਵਿੱਚ ਇੱਕ ਪਰਮਾਨੈਂਟ ਨਾਟਸ਼ਾਲਾ ਬਣੀ ਆ ਉੱਦਾਂ ਦਾ ਸਟੈਪ ਵੀ ਸਾਡੇ ਵੱਲੋਂ ਲਿਆ ਜਾਵੇ ਅਤੇ ਬਹੁਤ ਹੀ ਇੱਕ ਵਧੀਆ ਸ਼ਲਾਘਾਯੋਗ ਸਟੈਪ ਹੋਊਗਾ ਧੰਨਵਾਦ ਬਹੁਤ ਵਧੀਆ ਜੀ ਬਹੁਤ ਵਧੀਆ ਮੈਸੇਜ ਦਿੱਤਾ ਹੋਇਆ ਸੋਹਣਾ ਲੱਗਿਆ ਦੇਖ ਕੇ ਵੈਰੀ ਗੁੱਡ ਜੀ ਸ਼ੋਅ ਵਾਸ ਵੈਰੀ ਗੁੱਡ ਵੈਰੀ ਇੰਟਰਟੇਨਿੰਗ ਐਂਡ ਇਟ ਵਾਸ ਅ ਗੁੱਡ ਮੈਸੇਜ ਵੈਰੀ ਗੁੱਡ ਬਹੁਤ ਅੱਛਾ ਨਾਟਕ ਸੀ ਵੈਰੀ ਟਰੂ ਟਰੂ ਮੈਸੇਜ ਟੂ ਆਲ ਦ ਪੀਪਲ ਵੈਰੀ ਨਾਈਸ ਬਹੁਤ ਵਧੀਆ ਲੱਗਿਆ ਪਹਿਲੀ ਵਾਰੀ ਦੇਖਿਆ ਅਤੇ ਅੱਗੇ ਵੀ ਦਿਲ ਕਰਦਾ ਕਿ ਦੇਖਦੇ ਰਹੋ ਮਗਰੋਂ ਆ ਕੇ ਜੋ ਚੀਜ਼ ਸੀਗੀ ਉਹ ਪੂਰੀ ਪੇਸ਼ ਕਰਤੀ ਵੀ ਹਾਂ ਵਾਕਈ ਮਾਂ ਪਿਓ ਕੀ ਚੀਜ਼ ਆ ਹਾਂਜੀ ਨਾਟਕ ਬਹੁਤ ਸੋਹਣਾ ਸੀ ਸਾਰਿਆਂ ਨੇ ਬਹੁਤ ਮਿਹਨਤ ਕਰੀ ਮੈਸੇਜ ਬਹੁਤ ਸੋਹਣਾ ਸੀਗਾ ਜੀ ਅਤੇ ਅਸੀਂ ਚਾਹੁੰਦੇ ਸਾਰੇ ਸ਼ਹਿਰਾਂ ਜਿੱਥੇ ਹੋਵੇ ਸਾਰੇ ਜ਼ਰੂਰ ਦੇਖਣ ਬੱਚਿਆਂ ਨੂੰ ਬਿਠਾਲਣ ਅਤੇ ਸਾਰੇ ਜਿਨ੍ਹਾਂ ਨੇ ਇਹ ਅਰੇਂਜ ਕੀਤਾ ਸਾਰਿਆਂ ਨੂੰ ਥੈਂਕ ਯੂ ਸਤਿ ਸ਼੍ਰੀ ਅਕਾਲ ਨਾਟਕ ਬਹੁਤ ਵਧੀਆ ਫੈਮਿਲੀ ਨਾਟਕ ਆ ਸਭ ਨੂੰ ਦੇਖਣਾ ਚਾਹੀਦਾ ਜੀ ਹਾਂਜੀ ਭਾਅ ਜੀ ਨਾਟਕ ਬਹੁਤ ਵਧੀਆ ਸੀਗਾ ਮੈਂ ਉਹਨਾਂ ਆਪਣੇ ਜਵਾਕਾਂ ਅਤੇ ਬਜ਼ੁਰਗਾਂ ਨੂੰ ਜ਼ਰੂਰ ਅਤੇ ਮਾਂ ਜਿਹੜੇ ਆ ਬਹੁਤ ਜ਼ਿਆਦਾ ਆਪਣੇ ਇੰਡੀਆ ਤੋਂ ਆਏ ਹੋਏ ਉਹਨਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਕਿਉਂਕਿ ਮਾਂ ਪਿਓ ਉਹਨਾਂ ਨੂੰ ਯਾਦ ਕਰਦੇ ਨੇ ਬਹੁਤ ਜ਼ਰੂਰੀ ਹੈ ਅੱਜ ਵੀ ਬਹੁਤ ਬਹੁਤ ਸੋਹਣਾ ਨਾਟਕ ਸੀ ਸਭ ਨੂੰ ਦੇਖਣਾ ਚਾਹੀਦਾ ਇਹ ਬਹੁਤ ਵਧੀਆ ਇਹ ਸਭ ਨੂੰ ਦੇਖਣਾ ਚਾਹੀਦਾ ਬਹੁਤ ਚੰਗਾ ਲੱਗਾ ਇਹ ਗੁਰਚੇਤ ਚਿੱਤਰਕਾਰ ਦਾ ਇਹ ਨਾਟਕ ਦੇਖ ਕੇ ਅਤੇ ਬਹੁਤ ਵਧੀਆ ਟੀਮ ਸੀ ਸਾਰਿਆਂ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਬਹੁਤ ਵਧੀਆ ਲੱਗਿਆ ਨਾਟਕ ਅਤੇ ਮੈਂ ਸਾਰਿਆਂ ਨੂੰ ਰਿਕੁਐਸਟ ਕਰ ਦਾਂਗੇ ਸਾਰੇ ਆ ਕੇ ਦੁਬਾਰਾ ਇਹਨਾਂ ਨੇ 7 ਤਰੀਕ ਨੂੰ ਮੇਰੇ 7 ਜੁਲਾਈ ਨੂੰ ਦੁਬਾਰਾ ਰੱਖਿਆ ਹੈ ਅਤੇ ਪਲੀਜ਼ ਆ ਕੇ ਸਾਰੇ ਜਣੇ ਦੇਖੋ ਅਤੇ ਸਾਰੇ ਪਰਿਵਾਰ ਸਮੇਤ ਆਓ ਅਤੇ ਪਰਿਵਾਰ ਨੂੰ ਨਾਲ ਲਿਖਿਓ ਥੈਂਕ ਯੂ ਵੈਰੀ ਨਾਈਸ ਬਹੁਤ ਅੱਛਾ ਹਰੇਕ ਨੂੰ ਦੇਖਣਾ ਚਾਹੀਦਾ ਔਰ ਇੱਦਾਂ ਦੇ 2-4 ਸ਼ੋਅ ਹੋਰ ਹੋਣੇ ਚਾਹੀਦੇ ਬਹੁਤ ਵਧੀਆ ਜਗਦੇਵ ਸਿੰਘ
ਬਹੁਤ ਵਧੀਆ, ਐਕਟਿੰਗ ਵੀ ਬਹੁਤ ਵਧੀਆ ਰਹੀ ਹੈ ਔਰ ਮੈਸੇਜ ਵੀ ਬਹੁਤ ਵਧੀਆ ਰਹੀ। ਨਾਈਸ ਹੈ, ਸਤਿ ਸ਼੍ਰੀ ਅਕਾਲ। ਪੇਰੈਂਟਸ ਨੂੰ ਪਤਾ ਲੱਗਦਾ, ਬੱਚਿਆਂ ਨੂੰ ਵੀ ਪਤਾ ਲੱਗਦਾ ਹੈ ਤੇ ਬਹੁਤ ਵਧੀਆ। ਠੀਕ ਹੈ, ਅਸੀਂ ਬੋਲਾਂਗੇ ਸੱਚ। ਇਹ ਵਾਕਿਆ ਹੀ ਸੱਚ ਦੱਸਿਆ ਗਿਆ ਹੈ। ਇਹ ਸੱਚ ਨੂੰ ਸਭ ਨੂੰ ਇਸ ਤਰ੍ਹਾਂ ਸੋਚ ਸੁੱਕ ਚੱਲਣਾ ਚਾਹੀਦਾ ਹੈ। ਦੁਨੀਆਦਾਰੀ ਪੂਰੀ ਦੱਸੀ ਆ। ਸਭ ਤੋਂ ਬੈਸਟ ਜਿਹੜਾ ਰੂਪੀ ਰੁਪਿੰਦਰ ਨੇ ਪਾਰਟ ਕੀਤਾ, ਸਟਾਰਟਿੰਗ ਤੋਂ ਲੈ ਕੇ ਇੱਕੋ ਹੀ ਆਵਾਜ਼ ਦੇ ਵਿੱਚ, ਕੋਈ ਉਹਦੇ ਵਿੱਚ ਕਮੀ ਨਹੀਂ। ਬਹੁਤ ਹੀ ਬੈਸਟ ਐਕਟਰਸ ਹੈ। ਮੈਂ ਵੈਸੇ ਜੀ ਹੁਣੇ ਆਇਆ ਇੰਡੀਆ ਤੋਂ। ਮੈਂ ਇਹਨਾਂ ਚੀਜ਼ਾਂ ਨੂੰ ਬਹੁਤ ਪਹਿਲਾਂ ਤੋਂ ਇੰਟਰਸਟ ਰੱਖਦਾ ਹਾਂ, ਪਰ ਮੈਂ ਜ਼ਿੰਦਗੀ 'ਚ ਇਹੋ ਜਿਹਾ ਨਾਟਕ ਪਹਿਲੀ ਵਾਰ ਵੇਖਿਆ। ਮੈਂ ਬਹੁਤ ਖੁਸ਼ ਹਾਂ। ਹਾਂ, ਅਤੇ ਮੈਂ ਮਤਲਬ ਛੋਟੀ ਉਮਰ ਤੋਂ ਇਹਨਾਂ ਚੀਜ਼ਾਂ ਦਾ ਬਹੁਤ ਕਰ ਰਿਹਾ ਹਾਂ। ਇਹ ਨਾਟਕ ਜੀ ਮੇਰੇ ਹਿਸਾਬ ਨਾਲ ਹਰ ਇੱਕ ਨੂੰ ਦੇਖਣਾ ਚਾਹੀਦਾ ਜੀ, ਕਿਉਂਕਿ ਇਹਦੇ ਵਿੱਚ ਬਹੁਤ ਵੱਡਾ ਮੈਸੇਜ ਹੈ ਜੀ। ਹਰ ਆਪਣੀ ਜੋ ਭੱਜ ਦੌੜ ਦੀ ਜ਼ਿੰਦਗੀ ਆ ਉਹਦੇ ਵਿੱਚ ਉਹਨੂੰ ਦਰਸਾਇਆ ਗਿਆ, ਅਤੇ ਦੂਜਾ ਜੀ ਇਹਦੇ ਵਿੱਚ ਹਾਸਾ ਵੀ ਆ ਅਤੇ ਇਮੋਸ਼ਨਲ ਵੀ ਆ। ਮੈਂ ਤਾਂ ਕਹਿੰਦਾ ਵੀ ਸਭ ਨੂੰ ਇਹ ਦੇਖਣਾ ਚਾਹੀਦਾ, ਅਤੇ ਤੀਜਾ ਸ਼ੋਅ ਵੀ ਸੋਲਡ ਆਊਟ ਹੋਣਾ ਚਾਹੀਦਾ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਨਾਟਕ ਜੀ, ਬਹੁਤ ਵਧੀਆ। ਸਾਰਾ ਏ ਟੂ ਜੈੱਡ ਇਹਨਾਂ ਨੇ ਮਤਲਬ ਆਪਣੇ ਵਿਰਸੇ ਬਾਰੇ ਜੋ ਕੁਛ ਕਨੇਡਾ ਵਿੱਚ ਆਇਆ ਨਾਲ ਹੁੰਦਾ ਵਾ ਅਤੇ ਇੰਡੀਆ 'ਚ ਹੁੰਦਾ, ਉਹ ਸਾਰਾ ਕੁਛ ਇਸ ਨਾਟਕ ਵਿੱਚ ਸ਼ੋਅ ਕੀਤਾ ਜੀ। ਬਹੁਤ ਸੋਹਣਾ ਸੀਗਾ ਨਾਟਕ, ਅਸੀਂ ਤਾਂ ਬਹੁਤ ਲਾਈਕ ਕੀਤਾ। ਜਿਹੜੇ ਅੱਗੇ ਵੀ ਹੋਰ ਕੋਈ ਦੇਖੂਗਾ ਸਾਰੇ ਜਾਣੇ ਬਹੁਤ ਲਾਈਕ ਕਰਨਗੇ। ਸਾਰੇ ਜਾਣੇ ਨੂੰ ਹੈਗਾ ਕਿ ਸਾਰੇ ਜਾਣੇ ਜਾਓ ਨਾਟਕ ਦੇਖ ਕੇ ਆਓ। ਬਹੁਤ ਜ਼ਿਆਦਾ ਸੋਹਣਾ ਨਾਟਕ ਸੀ, ਅਸੀਂ ਬਹੁਤ ਲਾਈਕ ਕੀਤਾ ਸਾਰੇ ਫੈਮਿਲੀ। ਬਹੁਤ ਵਧੀਆ ਨਾਟਕ, ਬਹੁਤ ਹੀ ਵਧੀਆ। ਮੈਂ ਡਾਕਟਰ ਗੁਰਦੇਵ ਸਿੰਘ, ਆਈ ਵਾਜ਼ ਪੋਸਟਡ ਐਜ਼ ਏ ਆਈ ਸਰਜਨ ਇਨ ਇੰਡੀਆ, ਨੋ ਆਈ ਐਮ ਹੀਅਰ ਇਨ ਕੈਨੇਡਾ ਫਰੋਮ 10 ਈਅਰਸ। ਰੀਅਲੀ ਆਈ ਐਪਰੀਸ਼ੀਏਟ ਆਫ ਆਲ ਦ ਆਰਟਿਸਟ, ਦੇ ਡਨ ਵੰਡਰਫੁਲ ਜੋਬ। ਰੀਅਲੀ ਆਈ ਐਮ ਵੈਰੀ ਹੈਪੀ। ਜਿੰਨੇ ਵੀ ਐਕਟਰ ਸੀ ਇੱਥੇ, ਮੇਰੇ ਖਿਆਲ ਇੰਨੀ ਵਧੀਆ ਐਕਟਰ ਹੋਰ ਵੀ ਨਹੀਂ ਕੋਈ ਕਰ ਸਕਦਾ ਜੀ। ਥੈਂਕ ਯੂ ਵੈਰੀ ਮੱਚ ਸਰ। ਮੈਂ ਹਰੇਕ ਬੰਦਿਆਂ ਨੂੰ ਮੇਰੇ ਖਿਆਲ 7 ਨੂੰ ਫਿਰ 7 ਅਗਸਤ ਨੂੰ ਜੀ ਇੱਥੇ ਫਿਰ ਦੁਬਾਰਾ ਸਾਨੂੰ ਮਿਲ ਗਿਆ ਜਿੱਦਾਂ ਜੀ। ਮੈਂ ਸਾਰਿਆਂ ਬੰਦਿਆਂ ਨੂੰ ਰਿਕੁਐਸਟ ਕਰਦੇ ਪਲੀਜ਼ ਇੱਕ ਵਾਰੀ ਸ਼ੋਅ ਜ਼ਰੂਰ ਦੇਖਾਂ। ਜਿਹੜੇ ਮਿਸ ਕਰ ਗਏ ਉਹ ਮਿਸ ਕਰ ਗਿਆ ਜੀ। ਇੱਕ ਵਾਰੀ ਬਾਅਦ ਤੀਜਾ ਸ਼ੋਅ ਹੋਣ ਲੱਗਾ ਸਾਡੇ ਇੱਥੇ ਸਭ ਚੰਕੂਜ਼ੀ ਪਾਰਕ ਦੇ ਵਿੱਚ ਜਿੱਦਾਂ ਜੀ, ਵਿਲੀਅਮ ਪਾਰਕ ਦੇ। ਪਲੀਜ਼ ਮੈਂ ਇੱਕ ਵਾਰੀ ਦੋਨੇ ਹੱਥ ਜੋੜ ਕੇ ਹਰੇਕ ਬੰਦੇ ਨੂੰ ਬੇਨਤੀ ਕਰਨਾ, ਜੇ ਨਿਆਣੇ ਕਿਸੇ ਦੇ ਆਸ ਦੇ ਬਹੁਤ ਵਧੀਆ ਜੀ, ਜਿਹੜੇ ਪੇਰੈਂਟਸ ਮਿਸ ਕਰਿਆ ਜ਼ਰੂਰ ਡਰਾਮਾ ਦੇਖਣ ਜੀ, ਸ਼ੋਅ ਦੇਖਣ। ਥੈਂਕ ਯੂ ਵੈਰੀ ਮੱਚ ਭਾਅ ਜੀ, ਥੈਂਕ ਯੂ। ਦੇਖੋ ਜੀ, ਸਾਡੇ ਇਹੋ ਜਿਹੇ ਜਿਹੜੇ ਨਾਟਕ ਨੇ ਜਾਂ ਕਿਰਦਾਰ ਨੇ ਸਾਡੇ ਸਮਾਜ ਨੂੰ ਸੇਧ ਦੇਣ ਵਾਲੇ ਨੇ, ਸਾਡੀ ਔਲਾਦ ਨੂੰ ਸੇਧ ਦੇਣ ਵਾਲੇ ਨੇ, ਸਾਡੇ ਬਜ਼ੁਰਗਾਂ ਦੇ ਜਿਹੜੇ ਦੁੱਖ ਤਕਲੀਫਾਂ ਨੇ ਉਹਨਾਂ ਨੂੰ ਲੋਕਾਂ ਤਾਈਂ ਪਹੁੰਚਾਉਣ ਦਾ ਬਹੁਤ ਵਧੀਆ ਸਾਧਨ ਹੈ। ਲੱਚਰ ਗਾਇਕੀ ਨਾਲੋਂ ਇਹੋ ਜਿਹੜੇ ਨਾਟਕ ਨੇ ਉਹਨਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਸਾਡੇ ਸਮਾਜ ਦਾ ਇਹ ਫਰਜ਼ ਬਣਦਾ, ਇਹੋ ਜਿਹੇ ਕਲਾਕਾਰਾਂ ਨੂੰ ਅਸੀਂ ਹੋਰ ਇਹਨਾਂ ਦੀ ਇੱਜ਼ਤ ਕਰੀਏ ਅਤੇ ਇਹਨਾਂ ਨੂੰ ਹੌਸਲਾ ਦਈਏ ਕਿ ਇਦੋਂ ਵੀ ਵਧੀਆ ਜਿਹੜੇ ਨੇ ਉਹ ਆਪਣਾ ਕਿਰਦਾਰ ਲੈ ਕੇ ਲੋਕਾਂ ਸਾਹਮਣੇ ਪੇਸ਼ ਕਰਨ। ਅਤੇ ਮੈਂ ਇੰਨਾ ਹੀ ਕਹਿੰਦਾ ਹੋਇਆ ਇਹਨਾਂ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸਾਰੀ ਟੀਮ ਦਾ, ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕਰਕੇ ਸਾਡੇ ਲੋਕਾਂ ਦੇ ਸਾਹਮਣੇ ਇਹੋ ਜਿਹਾ ਵਿਚਾਰ ਰੱਖਣ ਵਾਲੀ ਟੀਮ ਨੂੰ ਪੇਸ਼ ਕੀਤਾ। ਥੈਂਕ ਯੂ ਵੈਰੀ ਮੱਚ। ਆਈ ਰੀਅਲੀ ਐਪਰੀਸ਼ੀਏਟ ਦਿਸ ਡਰਾਮਾ। ਲੋਕਾਂ ਨੂੰ ਇਹ ਮਤਲਬ ਟ੍ਰੈਂਡ ਇੱਧਰ ਆ ਰਿਹਾ ਹੁਣ, ਦੇਖੋ ਮਤਲਬ ਡਰਾਮੇ ਵਾਲੀ ਥੀਏਟਰ ਵਾਲੀ ਇਹ। ਹਾਲਾਂਕਿ ਫਿਲਮਾਂ 'ਚ ਅਸੀਂ ਸੋਚਦੇ ਹਾਂ ਵੀ ਟਾਈਮ ਬਰਬਾਦ ਕਰਨ ਵਾਲੀ ਗੱਲ ਹੈ, ਜਿਹੜੀ ਥੀਏਟਰ 'ਚ ਇਹ ਮਤਲਬ ਐਕਚੁਅਲੀ ਰੀਅਲੀ ਇਹ ਲੋਕਾਂ ਨੂੰ ਇੱਕ ਸਿੱਖਿਆਦਾਇਕ ਇਹ ਮਤਲਬ ਮੰਚ ਮਿਲਿਆ ਹੈ, ਜਿਹੜਾ ਕਿ ਇਹਨੂੰ ਹੋਰ ਪ੍ਰਮੋਟ ਕਰਨਾ ਚਾਹੀਦਾ। ਥੈਂਕ ਯੂ। ਅਸੀਂ ਬੋਲਾਂਗੇ ਸੱਚ। ਅੱਜ ਪੂਰੇ 2 ਘੰਟੇ ਤੋਂ ਜ਼ਿਆਦਾ ਟਾਈਮ ਜਿਹੜਾ ਪਰਿਵਾਰ ਦੇ ਨਾਲ ਆਪਾਂ ਜਿਹੜਾ ਚਕੁੰਜੀ ਸਕੂਲ ਦੇ ਵਿੱਚ ਮਾਣਿਆ, ਤੁਸੀਂ ਯਕੀਨ ਕਰਿਓ 2 ਘੰਟੇ ਦਾ ਟਾਈਮ ਜਿਹੜਾ ਅਸੀਂ ਪਤਾ ਵੀ ਨਹੀਂ ਲੱਗਾ, 2 ਘੰਟੇ 2 ਸੈਕਿੰਡ ਦੀ ਤਰ੍ਹਾਂ ਜਿਹੜੇ ਆ ਉਹ ਮਹਿਸੂਸ ਹੋਏ। ਐਂਡ ਦੇ ਉੱਤੇ ਜਾ ਕੇ, ਅਖੀਰ ਦੇ ਉੱਤੇ ਜਾ ਕੇ ਵੀ ਲੱਗਦਾ ਸੀ ਕਿ ਇਹ ਨਾਟਕ ਦਾ ਜਿਹੜਾ ਆ ਉਹ ਅੰਤ ਨਾ ਹੋਵੇ, ਹੋਰ ਚੱਲਦਾ ਰਹੇ, ਕਿਉਂਕਿ ਇਹਦੇ ਵਿੱਚ ਸਾਨੂੰ ਆਪਣੀ ਸਭ ਦੀ ਆਪਣੀ ਇੱਕ ਜ਼ਿੰਦਗੀ ਦਿਸਦੀ ਸੀ। ਔਰ ਇਸ ਜੇ ਬਹੁਤੀਆਂ ਗੱਲਾਂ ਨਹੀਂ ਕਰਦੇ, ਇੱਕ ਛੋਟੀ ਜਿਹੀ ਗੱਲ ਜਿਹੜੀ ਆ ਉਹ ਕਹਿੰਦੇ ਆ, ਜਿੱਦਾਂ ਕਹਿੰਦੇ ਬਈ ਮੁੱਠੀ ਦੇ ਵਿੱਚ ਸਾਰੀ ਚੀਜ਼ ਬੰਦ ਕਰਨ ਦਾ ਇੱਕੋ ਹੀ ਸਾਰਥਿਕ ਜਿਹੜਾ ਸੁਨੇਹਾ ਉਹ ਦਿੱਤਾ ਗਿਆ ਸੀ ਕਿ ਬੰਦੇ ਦੀ ਜ਼ਿੰਦਗੀ ਇੱਕ ਰੰਗ ਮੰਚ ਦੇ ਉੱਤੇ ਬੜੀ ਹਾਸਿਆਂ ਖੇਡਿਆਂ ਦੇ ਨਾਲ ਜਿਹੜੀ ਗੁਜ਼ਰਦੀ ਆ, ਸਾਰੀ ਜ਼ਿੰਦਗੀ ਬੰਦਾ ਖੁਸ਼ੀਆਂ ਮਨਾਉਂਦਾ, ਪਰ ਇੱਕ ਜਦੋਂ ਜਾਣ ਦਾ ਵਕਤ ਆਉਂਦਾ ਇਸ ਜ਼ਿੰਦਗੀ ਦੇ ਵਿੱਚੋਂ, ਐਂਡ ਜ਼ਿੰਦਗੀ ਦਾ ਜਿਹੜਾ ਆ ਉਹ ਬੜਾ ਫਿਰ ਚਲੋ ਵੀ ਦੁਖਦਾਈ ਵੀ ਹੋ ਜਾਂਦਾ ਆ ਜਾਂ ਸੋਗ ਭਰਿਆ ਹੋ ਜਾਂਦਾ ਆ। ਸੋ ਇਸ ਜ਼ਿੰਦਗੀ ਦੇ ਵਿੱਚ ਇੱਕ ਸੁਨੇਹਾ ਦਿੱਤਾ ਗਿਆ ਆ ਕਿ ਜੇ ਅਸੀਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਬਿਜ਼ੀ ਹਾਂ, ਆਪਣੇ ਰੁਝੇਵਿਆਂ ਦੇ ਵਿੱਚ ਬਿਜ਼ੀ ਹਾਂ, ਆਪਾਂ ਰੁੱਝੇ ਹੋਏ ਆਪਣੇ ਕੰਮਾਂ ਕਾਰਾਂ ਦੇ ਵਿੱਚ, ਪਰ ਇਹ ਗੱਲ ਨਾ ਕਰ ਬੈਠੇ ਹੋ ਕਿਤੇ ਕਿ ਆਪਾਂ ਜਿਹੜੇ ਪਰਿਵਾਰਕ ਰਿਸ਼ਤੇ ਆ ਰਿਸ਼ਤਿਆਂ ਤੋਂ ਆਪਾਂ ਕਿਤੇ ਦੂਰ ਚਲ ਜਾਈਏ। ਸੋ ਪਰਿਵਾਰਕ ਰਿਸ਼ਤਿਆਂ ਦੇ ਉੱਤੋਂ ਦੂਰ ਜਾਵਾਂਗੇ ਅਤੇ ਫਿਰ ਜੋ ਪਰਿਵਾਰ ਦੇ ਵਿੱਚ ਦੂਰੀਆਂ ਆ ਉਹ ਵੱਧ ਜਾਂਦੀਆਂ ਆ। ਸੋ ਕਈ ਵਾਰੀ ਫਿਰ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਜਿਹੜੀ ਜਗ੍ਹਾ ਨੂੰ ਅੱਗ ਦੇਣ ਵਾਲਾ ਵੀ ਜਿਹੜਾ ਆ ਉਹ ਕੋਈ ਨਹੀਂ ਬਚਦਾ। ਸੋ ਕੋਸ਼ਿਸ਼ ਕਰੋ ਕਿ ਪਰਿਵਾਰ ਡਾਲਰ ਵੀ ਕਮਾਓ, ਡਾਲਰਾਂ ਤੋਂ ਦੂਰ ਡਾਲਰਾਂ ਦੇ ਨਾਲ ਮੋਹ ਵੀ ਰੱਖੋ, ਪਰ ਕੋਸ਼ਿਸ਼ ਇਹ ਕਰੋ ਕਿ ਪਰਿਵਾਰਾਂ ਦੇ ਵਿੱਚ ਜਿਹੜੀਆਂ ਦੂਰੀਆਂ ਉਹ ਸੀਮਿਤ ਰਹਿਣ। ਅਸੀਂ ਬੋਲਾਂਗੇ ਸੱਚ। ਬਹੁਤ ਵਧੀਆ ਸੁਨੇਹਾ ਜਿਹੜਾ ਆ ਜੀ ਉਹ ਦੇ ਕੇ ਗਿਆ ਇਸ ਤਰੀਕੇ
ਤਰੀਕੇ ਦੇ ਜਿਹੜੇ ਸ਼ੋਅ ਆ, ਇਸ ਤਰੀਕੇ ਦੇ ਜਿਹੜੇ ਡਰਾਮੇ ਆ, ਉਹ ਕੈਨੇਡਾ ਦੀ ਧਰਤੀ ਉੱਤੇ ਸਾਡੇ ਬੱਚਿਆਂ ਸਾਡੇ ਪਰਿਵਾਰਾਂ ਦੇ ਲਈ ਜ਼ਰੂਰ ਆਉਣੇ ਚਾਹੀਦੇ ਆ ਅਤੇ ਹਮੇਸ਼ਾ ਅਸੀਂ ਉਹਨਾਂ ਨੂੰ ਸਪੋਰਟ ਕਰਦੇ ਹਾਂ। ਹਾਂਜੀ, ਜਿਹੜੀ ਸ਼ੋਅ ਦਾ ਬਹੁਤ ਵਧੀਆ ਸ਼ੋਅ ਸੀਗਾ ਜੀ, ਇਹਦੇ ਵਿੱਚ ਬੜੇ ਵਧੀਆ ਮੈਸੇਜ ਦਿੱਤੇ ਇਹਨਾਂ ਨੇ, ਅਤੇ ਪਲੱਸ ਇਮੋਸ਼ਨਲ ਵੀ ਬਹੁਤ ਸੀ। ਫੈਮਿਲੀ ਸ਼ੋਅ ਸੀ ਜਿਹੜੀ ਸਾਡੀ ਅੱਜ ਕੱਲ੍ਹ ਦੀ ਗਾਇਕੀ ਚੱਲਦੀ ਹੈ, ਇਹਦੇ ਉੱਤੇ ਵੀ ਬਾਬਿਆਂ ਦੇ ਹਰ ਪੱਖ ਤੋਂ ਉਹਨਾਂ ਨੇ ਕਵਰ ਕੀਤਾ ਜੀ। ਅਤੇ ਮੈਂ ਤਾਂ ਸਾਰੇ ਟੋਰਾਂਟੋ ਦੇ ਦਰਸ਼ਕਾਂ ਨੂੰ, ਆਸ ਪਾਸ ਦੇ ਸ਼ਹਿਰਾਂ ਵਾਲਿਆਂ ਨੂੰ ਇਹੀ ਬੇਨਤੀ ਕਰੂੰਗਾ ਵੀ ਇਹ ਸ਼ੋਅ ਜ਼ਰੂਰ ਦੇਖੋ। ਅਤੇ ਟਿਕਟ ਵੀ ਕੋਈ ਜ਼ਿਆਦਾ ਨਹੀਂ ਰੱਖੀ, ਇਹਦੇ ਵਿੱਚ ਬਹੁਤ ਵਧੀਆ ਮੈਸੇਜ ਹੈ। ਅਤੇ ਪਲੱਸ ਜੀ ਅਸੀਂ ਆਪਣੇ ਪਰਦੇਸੀ ਟੀ ਵੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵੀ ਇਹਨਾਂ ਨੇ ਵੀ ਬਹੁਤ ਐਫਰਟ ਕੀਤਾ, ਆਪਦਾ ਟਾਈਮ ਕੀਮਤੀ ਛੱਡ ਕੇ ਸਾਰੀ ਕਵਰੇਜ ਕੀਤੀ। ਅਤੇ ਇਹਨਾਂ ਨੂੰ ਵੀ ਦੇਖਿਆ ਕਰੋ ਲਾਈਵ ਪਰਦੇਸੀ ਟੀ ਵੀ ਨੂੰ। ਥੈਂਕ ਯੂ ਜੀ, ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ ਜੀ, ਔਰ ਤੁਹਾਡਾ ਇੱਕ ਵਾਰੀ ਫਿਰ ਧੰਨਵਾਦ। ਜਿੰਨੇ ਦਰਸ਼ਕ ਇੱਥੇ ਆਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਇਹ ਦੂਸਰਾ ਸ਼ੋਅ ਸੀ ਲਗਾਤਾਰ ਚਿੰਕੂ ਜੀ ਸੈਕੰਡਰੀ ਸਕੂਲ ਦੇ ਵਿੱਚ, ਅਸੀਂ ਬੋਲਾਂਗੇ ਸੱਚ। ਪਹਿਲੇ ਵੀਕ ਦੇ ਡਰਾਮੇ ਨਾਲੋਂ ਅੱਧਾ ਕੁ ਘੰਟਾ ਜਿਹੜਾ ਸੀਗਾ ਹੋਰ ਵਧਾਇਆ ਸੀ, ਇੰਪਰੋਵਾਈਜੇਸ਼ਨ ਹੋਈ ਸੀ ਔਰ ਸੋਲਡ ਆਊਟ ਹੋਇਆ। ਔਰ ਅਸੀਂ ਤਕਰੀਬਨ ਜਿਹੜੇ ਆਪਣੇ ਨੇੜਲੇ ਪਰਿਵਾਰ ਸੀ ਔਰ ਉਹਨਾਂ ਨੂੰ ਉਠਾ ਕੇ ਸੀਟਾਂ ਜਿਹੜੀਆਂ ਨੇ ਖਾਲੀ ਕਰਵਾ ਕੇ ਦਰਸ਼ਕ ਬਿਠਾਏ ਨੇ। ਔਰ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਔਰ ਹੁਣ ਅਸੀਂ ਜਿਹੜਾ ਵਿਨੀਪੈਗ ਦੇ ਵਿੱਚ 9 ਤਰੀਕ ਨੂੰ ਕਰਵਾਉਣ ਜਾ ਰਹੇ ਹਾਂ, ਇਸ ਤੋਂ ਬਾਅਦ ਐਡਮਿੰਟਨ, ਕੈਲਗਰੀ ਔਰ ਵੈਨਕੂਵਰ ਦੇ ਵਿੱਚ 30 ਜੁਲਾਈ ਦਾ ਜੀ, ਔਰ 29 ਦਾ ਹੈਗਾ ਜੀ, 28 ਤਰੀਕ ਦਾ, 28 ਦਾ ਐਪਸਪੋਰਟ ਦੇ ਵਿੱਚ। ਸੋ ਸਾਡੇ ਕੋਲ ਸਿਰਫ ਸ਼ਨਿਚਰਵਾਰ ਖਾਲੀ ਆ ਜਿਹੜਾ ਉਸ ਵੀਕ ਵਾਲਾ। ਤੁਸੀਂ ਮੇਰੇ ਨਾਲ 905-915-84-84 'ਤੇ ਗੱਲਬਾਤ ਵੀ ਕਰ ਸਕਦੇ ਹੋ। ਔਰ ਇੱਥੇ ਅਸੀਂ ਟੋਰਾਂਟੋ ਦੇ ਵਿੱਚ ਇੱਕ ਵਾਰੀ ਪਲੇ ਹੋਰ ਕਰਾਂਗੇ ਔਰ ਉਹਦੀ ਜਿਹੜੀ ਤਰੀਕ ਆ ਉਹ ਅਸੀਂ ਬਹੁਤ ਜਲਦੀ ਅਨਾਊਂਸ ਕਰਾਂਗੇ। ਸਾਡੇ ਦਿਲ ਦੇ ਵਿੱਚ ਆ ਕਿ ਮੋਰਲੇ ਵੀਕ ਹੀ ਫਰਾਈਡੇ ਨੂੰ 7 ਤਰੀਕ ਨੂੰ ਅਤੇ 7 ਵਜੇ ਇਹ ਦੁਬਾਰਾ ਇੱਥੇ ਕਰੀਏ। ਬਾਕੀ ਅਸੀਂ ਰੇਡੀਓ, ਟੈਲੀਵਿਜ਼ਨ ਦੇ ਜ਼ਰੀਏ, ਫੇਸਬੁੱਕ, ਵਟਸਐਪ ਦੇ ਜ਼ਰੀਏ ਤੁਹਾਡੇ ਤੱਕ ਸੁਨੇਹਾ ਪਹੁੰਚਾਵਾਂਗੇ। ਔਰ ਤੁਸੀਂ ਜਿਹੜੇ ਬਾਕੀ ਦੇ ਹੋਰ ਦਰਸ਼ਕ ਨੇ ਉਹਨਾਂ ਦੇ ਵਿਊਜ਼ ਦੇਖ ਚੁੱਕੇ ਹੋ। ਹੁਣ ਸਾਡੇ ਕੋਲ 1400 ਗਵਾਹ ਆ ਜੀ, 700 ਪਿਛਲੇ ਵੀਕ ਵਾਲੇ ਅਤੇ 700 ਹੋਣ ਵਾਲੇ। ਉਹਨਾਂ 1400 ਨੂੰ ਤੁਸੀਂ ਪੁੱਛ ਸਕਦੇ ਹੋ ਕਿ ਡਰਾਮਾ ਕਿਹੋ ਜਿਹਾ। ਤੁਹਾਡਾ ਬਹੁਤ ਬਹੁਤ ਧੰਨਵਾਦ, ਰੱਬ ਰੱਖਾ। ਹਾਂਜੀ, ਪਹਿਲੀ ਗੱਲ ਮੈਂ ਰਾਣੇ ਨੂੰ ਵਧਾਈ ਦੇਣਾ ਚਾਹੁੰਦਾ, ਸ਼ਾਨ ਗਰੇਵਾਲ ਨੂੰ। ਬਹੁਤ ਵਧੀਆ ਸ਼ੋਅ ਸੀਗਾ ਜੀ, ਜਿੰਨੇ ਵਾਰੀ ਹੱਸੇ ਉੱਨੇ ਵਾਰੀ ਰੋਏ। ਮੈਂ ਕਹਿੰਦਾ ਵੀ ਜਿਹੜੇ ਬੰਦਾ ਇਹ ਸ਼ੋਅ ਮਿਸ ਕਰ ਗਿਆ, ਮੇਰੇ ਹੱਥ ਬੰਨ੍ਹ ਕੇ ਬੇਨਤੀ ਹੈ ਨੈਕਸਟ ਟਾਈਮ ਇਹ ਸ਼ੋਅ ਫੈਮਲੀ ਨਾਲ ਲੈ ਕੇ ਆਇਓ, ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ। ਕਿਉਂਕਿ ਜੇ ਅੱਜ ਮੈਂ ਮਿਸ ਕਰ ਜਾਂਦਾ ਪਤਾ ਨਹੀਂ ਮੈਂ ਕਿੰਨਾ ਕੁਛ ਮਿਸ ਕਰ ਜਾਣਾ ਸੀ। ਦੁਬਾਰਾ ਫਿਰ ਮੈਂ ਰਾਣੇ ਬਾਈ ਨੂੰ ਅਤੇ ਸ਼ਾਨ ਗਰੇਵਾਲ ਨੂੰ ਵਧਾਈ ਦਿੰਦਾ ਅਤੇ ਤੁਹਾਨੂੰ ਬਾਈ ਜੀ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।